ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਉਦੋਂ ਹੜਕੰਪ ਮੱਚ ਗਿਆ ਜਦੋਂ ਅਦਾਲਤੀ ਹੁਕਮਾਂ ਤੇ ਸਟੇਸ਼ਨ ਤੇ ਵਕੀਲਾਂ ਦੇ ਇੱਕ ਪੈਨਲ ਵੱਲੋਂ ਕਾਰਵਾਈ ਕੀਤੀ ਗਈ। ਦਰਅਸਲ ਕੁਝ ਸਾਲ ਪਹਿਲਾਂ ਰੇਲਵੇ ਨੇ ਇੱਕ ਕਿਸਾਨ ਦੀ ਜ਼ਮੀਨ ਅਕਵਾਇਰ ਕੀਤੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਕੋਲ ਵਿਚਾਰ ਅਧੀਨ ਸੀ ਤੇ ਅਦਾਲਤ ਨੇ ਕਿਸਾਨ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ 1 ਕਰੋੜ ਤੋਂ ਵੱਧ ਦੀ ਰਾਸ਼ੀ ਰੇਲਵੇ ਵੱਲੋਂ ਕਿਸਾਨ ਨੂੰ ਦੇਣ ਲਈ ਕਿਹਾ ਸੀ, ਪਰ ਇਹ ਰਾਸ਼ੀ ਰੇਲਵੇ ਨੇ ਕਿਸਾਨ ਨੂੰ ਨਹੀਂ ਦਿੱਤੀ, ਜਿਸ ਕਰਕੇ ਇਹ ਕਾਰਵਾਈ ਕੀਤੀ ਗਈ। ਰੇਲਵੇ ਮਹਿਕਮੇ ਨੇ ਜ਼ਮੀਨ ਰਿਕਵਾਇਰ ਕਰੀ ਸੀ ਜੀ, ਇਹ 2007 ਦੇ ਵਿੱਚ ਇਹਨਾਂ ਨੇ ਰਿਕਵਾਇਰ ਕੀਤੀ ਜ਼ਮੀਨ, ਆਪਣੀ ਜ਼ਮੀਨ ਸੀ। ਹਾਂਜੀ, ਉਦੋਂ ਬਾਅਦ ਦੇ ਵਿੱਚ 25 ਲੱਖ ਕਿੱਲੇ ਦੀ ਕੀਮਤ ਦਿੱਤੀ ਸੀਗੀ ਅਤੇ ਨਾਲ ਦੇ ਪਿੰਡ ਨੂੰ 71 ਲੱਖ ਕੀਮਤ ਦਿੱਤੀ ਸੀਗੀ। ਉਹਦੇ ਬਾਅਦ ਦੇ ਵਿੱਚ ਅਸੀਂ ਕੇਸ ਕੀਤਾ ਸੀਗਾ, ਕੇਸ ਅਸੀਂ 29/1/2015 ਨੂੰ ਕੇਸ ਜਿੱਤ ਗਏ ਸੀਗੇ, ਜਦ ਤੋਂ ਆਰਡਰ ਹੋਇਆ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਪੇਮੈਂਟ ਅਜੇ ਤੱਕ ਨਹੀਂ ਪਾਈ ਸੀ। ਕੌਣ ਸੀ ਜਗ੍ਹਾ ਸੀ ਆਪਣੀ, ਕਹਾਂ 'ਤੇ? ਕਟਾਣਾ ਸਾਹਿਬ ਪਿੰਡ ਹੈ ਜੀ। ਕਟਾਣਾ ਸਾਹਿਬ ਕੌਣ ਸੀ? ਕਟਾਣਾ ਸਾਹਿਬ ਜ਼ਿਲ੍ਹਾ ਲੁਧਿਆਣਾ। ਤੋਂ ਅਭੀ ਇਹ ਕਿਆ ਆਰਡਰ ਕੀਆ ਇਹਨਾਂ ਨੇ ਰੇਲਵੇ? ਰੇਲਵੇ ਨੇ ਆਰਡਰ ਕੀਆ ਜੀ 71 ਲੱਖ ਬੇਸ ਪਾ ਕੇ, ਉਹਦੇ 'ਤੇ ਵਿਆਜ ਵੀ ਪਾ ਕੇ 1,05,38,000 ਕੀਮਤ ਬਣਦੀ ਹੈ। ਅੱਛਾ, ਤੋਂ ਜੱਜ ਸਾਹਿਬ ਕੀ ਤਰ੍ਹਾਂ ਸੀ ਕਿਆ ਆਰਡਰ ਜਾਰੀ ਹੋਇਆ ਵੀ? ਉਹਨਾਂ ਨੇ ਕਿਹਾ ਵੀ ਜਲਦ ਤੋਂ ਜਲਦ ਪੇਮੈਂਟ ਪਾਓ, ਇਹਨਾਂ ਦਾ ਪਾਈ ਨਹੀਂ ਹੈ ਤੱਕ, 2 ਸਾਲ ਹੋ ਗਏ ਆਰਡਰ ਹੋਏ ਨੂੰ। ਜੇ 2007 ਕੋ ਅਕਵਾਇਰ ਕੀ ਗਈ ਥੀ, ਤਕਰੀਬਨ 2007 ਮੇਂ ਹੀ ਹਮਨੇ ਕੇਸ ਲਗਾਇਆ ਥਾ, ਜੋ 2015 ਮੇਂ ਡਿਕਰੀ ਹੋਆ ਥਾ, ਔਰ ਉਸਕੇ ਬਾਅਦ ਐਗਜੀਕਿਊਸ਼ਨ ਲਗਾਈ ਥੀ, 2 ਸਾਲ ਹੋ ਗਏ ਐਗਜੀਕਿਊਸ਼ਨ ਕੋ ਵੀ ਲਗੇ ਹੋਏ। ਟੋਟਲ ਕਿਤਨੀ ਲੈਣੀ? ਟੋਟਲ ਤਕਰੀਬਨ 5 ਬੀਘੇ ਔਰ 15-20 ਸਵੇ ਕੇ ਕਰੀਬ ਥਾ। ਅਗਰ ਕਿ ਅਬ 18 ਤਰੀਕ ਕੋ ਆਗੇ 18 ਮਾਰਚ ਕੀ ਤਰੀਕ ਹੈ, ਤੋ ਇਨਕੇ ਸੈਕਸ਼ਨ ਇੰਜੀਨੀਅਰ ਜਿਨ੍ਹਾਂ ਨੇ ਸੁਪਰਦਾਰੀ ਕੀ ਜ਼ਿੰਮੇਵਾਰੀ ਲਈ ਹੈ, ਵੋ ਕੋਰਟ ਕੋ ਪੇਸ਼ ਹੋ ਕੇ ਬਤਾਏਂਗੇ, ਨਹੀਂ ਤੋ ਕੋਰਟ ਸ਼ਤਾਬਦੀ ਔਰ ਸਟੇਸ਼ਨ ਕੇ ਮਾਸਟਰ ਕੇ ਰੂਮ ਕੋ ਆਕਸ਼ਨ ਕਰਨੇ ਕੇ ਆਰਡਰ ਕਰ ਸਕਤੇ ਹੈ, ਅਗਰ ਜੇ ਪੇਮੈਂਟ ਨਹੀਂ ਜਮ੍ਹਾਂ ਕਰਾਤੇ ਕੋਰਟ ਕੇ ਅਪਰਚੁਨਿਟੀ ਦੇਣੇ ਕੇ ਬਾਵਜੂਦ।